ਦੱਸ ਕਿੰਨੇ ਵਜੇ ਸ਼੍ਰੋਮਣੀ ਅਕਾਲੀ ਦਲ ਦੀ ਮੀਤ ਪ੍ਰਧਾਨ ਜਸਵਿੰਦਰ ਕੌਰ ਸ਼ੇਰਗਿੱਲ ਦੀ ਕੁੱਟਮਾਰ ਦੀ ਲਾਈਵ ਵੀਡੀਓ ਵਾਇਰਲ ਹੋਈ ਹੈ। ਜਾਣਕਾਰੀ ਮੁਤਾਬਿਕ ਮਹਿਲਾ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਨੇ ਜਸਵਿੰਦਰ ਕੌਰ ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਮੰਦਿਰ ਚ ਮੱਥਾ ਟੇਕ ਰਹੀ ਸੀ। ਲਾਈਵ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੁੱਟਮਾਰ ਕਰ ਰਹੇ ਵਿਅਕਤੀ ਜਸਵਿੰਦਰ ਕੌਰ ਤੇ ਬਲੈਕਮੇਲਿੰਗ ਦੇ ਆਰੋਪ ਲਗਾ ਰਹੇ ਹਨ। ਵੀਡੀਓ 'ਚ ਇੱਕ ਔਰਤ ਸ਼ੇਰਗਿੱਲ ਦੇ ਵਾਲ ਕੱਟ ਰਹੀ ਹੈ ਅਤੇ ਫਿਰ ਉਸ ਦੇ ਕੱਪੜੇ ਵੀ ਉਤਾਰ ਦਿੰਦੀ ਹੈ। ਕੁੱਟਮਾਰ ਕਰ ਰਹੇ ਵਿਅਕਤੀਆਂ ਨੇ ਮੰਦਿਰ ਦੇ ਮਹੰਤ ਦੀ ਵੀ ਕੁੱਟਮਾਰ ਕੀਤੀ। ਜਸਵਿੰਦਰ ਕੌਰ ਨੇ ਆਪਣੇ ਤੇ ਲੱਗੇ ਆਰੋਪਾਂ ਨੂੰ ਨਕਾਰਦਿਆਂ ਇਨਸਾਫ ਦੀ ਮੰਗ ਕੀਤੀ ਹੈ। ਕੁੱਟਮਾਰ ਦੇ ਇਸ ਮਾਮਲੇ 'ਚ 7 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰ, ਸੀਨਾ ਰੋਜ਼ਾਨਾ ਹੀ ਤਰ੍ਹਾਂ ਸੋਲਾਂ ਦੇ ਮਾਟਰ ਦਾ ਮੰਦਿਰ ਹੈ ਮਾਤਾ ਦਾ, ਉੱਥੇ ਅਸੀਂ ਤਕਰੀਬਨ ਰੋਜ਼ਾਨਾ ਵਾਂਗੂ ਮੱਥਾ ਟੇਕਣ ਜਾਂਦੇ ਹਾਂ ਜੀ। ਉਸ ਦਿਨ ਅਸੀਂ ਮੱਥਾ ਟੇਕ ਕੇ ਉੱਥੇ ਮੱਥਾ ਟੇਕ ਕੇ ਉੱਠਣ ਲੱਗੇ ਸੀ, ਉਹਦੀ ਬਾਰ ਖੋਲ੍ਹ ਕੇ ਉੱਥੇ ਕੰਚ ਦਾ ਗੇਟ ਲੱਗਿਆ ਸੀ ਸੇਲਾ, ਸਾਨੂੰ ਤਾਂ ਉਹਦੀ ਪਤਾ ਲੱਗਿਆ। 3-4 ਨੇ ਮੈਨੂੰ ਆ ਕੇ ਦੱਬ ਲਿਆ ਅਤੇ 2-3 ਆ ਕੇ ਜਸਵਿੰਦਰ ਚਿੰਬੜ ਗਏ। ਉਤਨਾ ਚਾਰਾਂ 'ਚੋਂ ਮੇਰੇ ਤਾਂ 2 ਤਾਂ ਮੇਰੇ ਮਗਰ ਬੈਠ ਕੇ ਬਾਹਾਂ ਫੜ ਕੇ ਮਗਰ ਦੱਬ ਕੇ ਬੈਠ ਕੇ ਮੇਰਾ ਡੱਬ ਡੁੱਬ ਫੁੱਲ ਕੇ ਮਿੰਟਾਂ ਛੱਡ ਕੇ ਉਹ ਮੈਨੂੰ ਦੱਬੀ ਰੱਖਿਆ 2 ਬੰਦੇ ਨੇ ਅਤੇ ਉਹ ਡੱਬ ਵਾਲਾ ਬੰਦਾ ਜਸਵਿੰਦਰ ਨੂੰ ਕੁੱਟਣ ਲੱਗ ਗਿਆ ਜਾ ਕੇ। ਕੀ ਘਟਨਾ ਹੋਈ ਜੀ? ਇਹਨਾਂ ਨੇ ਕੁਛ ਟਾਈਮ ਪਹਿਲਾਂ ਮੇਰੇ ਤੇ ਇੱਕ ਇਲਜ਼ਾਮ ਵੀ ਲਗਾਇਆ ਗਿਆ ਸੀ ਵੀ 10 ਲੱਖ ਰੁਪਇਆ ਲਿਆ ਨੌਕਰੀ ਲਗਾਉਣ ਦਾ, ਜਦ ਕਿ ਮੈਨੂੰ ਤਾਂ ਇਹ ਨਹੀਂ ਸੀ ਪਤਾ ਵੀ ਮੈਂ ਕਿਹਦੇ ਤੋਂ ਲਿਆ ਕਿਵੇਂ ਲਿਆ। ਉਹਦੇ ਵਿੱਚ ਜਦੋਂ ਐਪਲੀਕੇਸ਼ਨ 'ਚ ਉਹ ਬੰਦੇ ਝੂਠੇ ਪਾਏ ਗਏ ਤਾਂ ਮੈਨੂੰ ਫਿਰ ਲਗਾਤਾਰ ਧਮਕੀ ਆਉਣੀਆਂ ਸ਼ੁਰੂ ਹੋ ਗਈਆਂ। ਮੈਂ ਰੂਟੀਨ ਦੇ ਵਿੱਚ ਮਸੋਲਾ ਵਾਲੇ ਮੱਠ ਸ਼ਾਮ ਦੇ ਟਾਈਮ ਮੰਦਰ ਮੱਥਾ ਟੇਕਣ ਜਾਂਦੀ ਹੁੰਦੀ ਸੀ, ਉਸੇ ਤਰ੍ਹਾਂ ਮੈਂ ਉਦਣ ਗਈ ਸੀ। ਅਸੀਂ ਮੱਥਾ ਟੇਕ ਕੇ ਖੜ੍ਹੇ ਹੋਣ ਲੱਗੇ ਤਾਂ ਇੱਕ ਔਰਤ ਨੇ ਆ ਕੇ ਮੇਰੇ ਬੈਸ ਮੌਲ ਮਾਰਿਆ। ਸੋਮਦਾਸ ਉਹਨਾਂ ਸੀਗਾ ਜਿਹਦੀ ਮੈਨੂੰ ਪਹਿਚਾਣ ਮੌਕੇ 'ਤੇ ਆ ਗਈ ਸੀ, ਅਤੇ ਜਦੋਂ ਉਹ ਜਨਾਨੀ ਮੇਰੇ ਵਾਲ ਕੱਟਣ ਲੱਗੀ ਮੈਂ ਉਹਨੂੰ ਇਹ ਵੀ ਕਿਹਾ ਵੀ ਮੇਰੇ ਵਾਲ ਨਾ ਕੱਟ, ਮੇਰੀ ਗੁੱਤ ਨਾ ਕੱਟ। ਉਹਨਾਂ ਨੂੰ ਮਤਲਬ ਵੀ ਬਾਕੀ ਨਹੀਂ ਛੱਡੀ, ਉਹਨਾਂ ਨੇ ਬਾਬਾ ਜੀ ਨੂੰ ਉਹ ਕਰ ਲਿਆ, ਫੜ ਲਿਆ। ਇਹਨਾਂ ਦਾ ਪਤਾ ਨਹੀਂ ਮੈਨੂੰ ਉਦ ਬਾਅਦ 'ਚ ਕੀ ਕੁਛ ਹੋਈ ਗਿਆ, ਕਿਉਂਕਿ ਮੈਨੂੰ ਘੜੀਸਿਆ ਵੀ ਬਾਅਦ 'ਚੋਂ ਮੰਦਿਰ ਦੇ ਬਾਹਰ ਤੱਕ ਘੜੀਸ ਕੇ ਲੈ ਕੇ ਆਏ, ਮੇਰੇ ਵਾਲ ਵੀ ਸਾਰੇ ਕੱਟਦੇ, ਅਤੇ ਜਿਹਦੇ 'ਚ ਮੇਰੇ ਕੋਈ ਲੱਤ ਬਾਹ ਛੱਡੀ ਨਹੀਂ ਮੇਰੇ ਮਾਰਨ ਕਰਨੀ। ਇਸ ਮਾਮਲੇ ਦਾ ਪੂਰਾ ਸੱਚ ਕੀ ਹੈ ਇਹ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਸਾਫ਼ ਹੋਵੇਗਾ, ਪਰ ਸਵਾਲ ਇਹ ਉੱਠਦਾ ਹੈ ਕਿ ਇੱਕ ਔਰਤ ਦੀ ਇਸ ਤਰ੍ਹਾਂ ਕੁੱਟਮਾਰ ਕਰਨਾ ਤੇ ਫਿਰ ਉਸ ਦੀ ਵੀਡੀਓ ਨੂੰ ਵਾਇਰਲ ਕਰ ਦੇਣਾ ਕਿੱਥੋਂ ਤੱਕ ਸਹੀ ਹੈ। ਤਪਾ ਮੰਡੀ ਤੋਂ ਬਿਊਰੋ ਰਿਪੋਰਟ, ਖਬਰ ਹਰ ਪਲ ਇੰਡੀਆ।